हेलो फ्रेंड्स, वेलकम टू यर यूट्यूब चैनल इंग्लिश फैमिली 87। सो अपनी इस वीडियो दे विच आपां ऑक्सफोर्ड प्रैक्टिस ग्रामर है जिहड़ी अपनी उसकी एक्सरसाइज नंबर 15 जिहड़ी वह आपां करांगे। इस एक्सरसाइज का सिर्फ आपां एक ही पार्ट करांगे, थर्ड पार्ट। इस दे विच आपां की करना है, पुट इन दिस, लास्ट, टूडे अते यस्टरडे। इन्हां चारां विच्चों आपां हर एक मतलब ब्लैंक्स दे विच एक आपां यूज़ करना है। ਆਪਾਂ ਕਿਹੜਾ ਯੂਜ਼ ਕਰਨਾ ਉਹ ਆਪਾਂ ਦੇਖਾਂਗੇ। ਦੇਖੋ, ਦਿਸ ਅਤੇ ਟੁਡੇ ਆ ਜਿਹੜਾ ਉਹ ਯੂਜ਼ ਹੁੰਦਾ ਪ੍ਰੈਜੈਂਟ ਦੇ ਲਈ, ਲਾਸਟ ਅਤੇ ਯੈਸਟਰਡੇ ਇਹ ਯੂਜ਼ ਹੁੰਦੇ ਨੇ ਪਾਸਟ ਦੇ ਲਈ। ਦੇਖੋ, ਇੱਕ ਚੀਜ਼ ਤਾਂ ਕਨਫਰਮ ਹੈ, ਤੁਸੀਂ ਯਾਦ ਰੱਖਿਓ, ਜਦੋਂ ਵੀ ਆਪਾਂ ਸੈਂਟੈਂਸ ਪੜ੍ਹਾਂਗੇ, ਜੇਕਰ ਕੋਈ ਵੀ ਸੈਂਟੈਂਸ, ਮੰਨ ਲਓ ਇੱਕ ਕੰਪਲੀਟ ਸੈਂਟੈਂਸ ਹੈ ਪੂਰਾ, ਜਿਸ ਤਰ੍ਹਾਂ ਕਿ ਇਹ ਦੇਖੋ, ਥਰਡ ਇੱਥੋਂ ਲੈ ਕੇ ਇਹ ਉਰੇ ਤੱਕ ਇੱਕ ਸੈਂਟੈਂਸ ਆ ਗਿਆ, ਜੇਕਰ ਇਹ ਸੈਂਟੈਂਸ ਪ੍ਰੈਜੈਂਟ ਦੇ ਵਿੱਚ ਹੋਇਆ, ਬਿਲਕੁਲ ਕਨਫਰਮ ਹੈ, ਉੱਥੇ ਦਿਸ ਅਤੇ ਟੁਡੇ ਦੇ ਵਿੱਚੋਂ ਹੀ ਆਪਾਂ ਉੱਥੇ ਫਿਲ ਕਰਾਂਗੇ। ਜੇਕਰ ਪਾਸਟ ਦੇ ਵਿੱਚ ਹੈ ਤਾਂ ਉੱਥੇ ਆਪਾਂ ਲਾਸਟ ਜਾਂ ਫਿਰ ਯੈਸਟਰਡੇ, ਇਹਨਾਂ ਦੇ ਵਿੱਚੋਂ ਆਪਾਂ ਯੂਜ਼ ਕਰਾਂਗੇ। ਬਟ ਕਈ ਵਾਰ ਕੀ ਹੁੰਦਾ, ਜਿਹੜਾ ਸੈਂਟੈਂਸ ਹੈ ਉਹ ਦੇਖਣ ਵਿੱਚ ਪਾਸਟ ਦੇ ਵਿੱਚ ਹੁੰਦਾ, ਬਟ ਉੱਥੇ ਪ੍ਰੈਜੈਂਟ ਦੇ ਵਿੱਚੋਂ, ਦਿਸ ਜਾਂ ਟੁਡੇ ਦੇ ਵਿੱਚੋਂ ਆਪਾਂ ਨੂੰ ਫਿਲ ਕਰਨਾ ਪੈਂਦਾ। ਉਹ ਆਪਾਂ ਕੀ ਦੇਖਣਾ, ਅਕੋਰਡਿੰਗ ਟੂ ਸੈਂਸ, ਸੈਂਟੈਂਸ ਦੀ ਆਪਾਂ ਨੇ ਸੈਂਸ ਦੇਖਣੀ ਹੈ ਕਿ ਜਿਹੜੀ ਗੱਲ ਹੈ ਪ੍ਰੈਜੈਂਟ ਦੀ ਹੋ ਰਹੀ ਹੈ ਜਾਂ ਫਿਰ ਪਾਸਟ ਦੀ ਹੋ ਰਹੀ ਹੈ। ਉਹ ਆਪਾਂ ਨੂੰ ਸੈਂਟੈਂਸ ਹੈ ਜਿਹੜਾ ਪੜ੍ਹ ਕੇ ਬਿਲਕੁਲ ਈਜ਼ੀਲੀ ਆਪਾਂ ਨੂੰ ਪਤਾ ਚੱਲ ਜਾਏਗਾ ਕਿ ਪ੍ਰੈਜੈਂਟ ਦੀ ਗੱਲ ਹੋ ਰਹੀ ਹੈ ਜਾਂ ਫਿਰ ਪਾਸਟ ਦੀ। ਦੇਖੋ, ਇਗਜ਼ਾਮਪਲ ਦੇ ਨਾਲ ਤੁਸੀਂ ਜ਼ਿਆਦਾ ਬੈਟਰ ਸਮਝੋਗੇ। ਜਿਸ ਤਰ੍ਹਾਂ ਕਿ ਦੇਖੋ, ਫਸਟ ਦੇਖੋ, ਇਗਜ਼ਾਮਪਲ ਦੇਖੋ, ਫਸਟ ਇਹ ਆ ਗਿਆ ਬਲੈਂਕ, ਮੰਥ ਪ੍ਰਾਈਜ਼ ਵੈਂਟ ਅਪ, ਜਿਹੜੇ ਪ੍ਰਾਈਜ਼ ਨੇ ਕਹਿੰਦਾ ਥੋੜ੍ਹੇ ਉੱਪਰ ਨੇ, ਉੱਪਰ ਹੋਣ ਦੀ ਗੱਲ ਕਰ ਰਿਹਾ, ਪ੍ਰਾਈਜ਼ ਦੀ ਮਤਲਬ ਵੱਧ ਮਹਿੰਗਾ ਹੋਣ ਦੀ ਗੱਲ ਕਰ ਰਿਹਾ। ਬਟ ਕਹਿੰਦਾ ਦਿਸ ਮੰਥ ਦੇ ਹੈਵ ਫਾਲਨ ਅ ਲਿਟਲ, ਪਰ ਇਸ ਮਹੀਨੇ ਜਿਹੜੇ ਪ੍ਰਾਈਜ਼ ਨੇ ਕਹਿੰਦਾ ਉਹ ਨੀਚੇ ਹੋ ਗਏ। ਦੇਖੋ, ਇਹ ਕਹਿ ਰਿਹਾ ਬਟ, ਪਰੰਤੂ ਮਤਲਬ ਬਟ ਲਗਾ ਰਿਹਾ, ਦਿਸ ਮੰਥ ਆ ਗਿਆ, ਇਸ ਮਹੀਨੇ ਦੀ ਗੱਲ ਕਰ ਰਿਹਾ, ਪ੍ਰੈਜੈਂਟ ਦੇ ਵਿੱਚ ਦੀ ਗੱਲ ਕਰ ਰਿਹਾ ਅਤੇ ਬਟ ਲਗਾ ਕੇ ਪ੍ਰੈਜੈਂਟ ਦੀ ਗੱਲ ਕਰ ਰਿਹਾ। ਇਹਦਾ ਮਤਲਬ ਜਿਹੜਾ ਇਹ ਸੈਂਟੈਂਸ ਹੈ, ਇਸ ਦੇ ਵਿੱਚ ਕਿਹਾ ਗਿਆ ਕਿ ਪ੍ਰਾਈਜ਼ ਨੇ ਜਿਹੜੇ ਉਹ ਉੱਪਰ ਸੀਗੇ, ਕਿਉਂਕਿ ਇਸ ਮਹੀਨੇ ਤਾਂ ਪ੍ਰਾਈਜ਼ ਥੋੜ੍ਹੇ ਨੀਚੇ ਨੇ। ਇਹਦਾ ਮਤਲਬ ਲਾਸਟ ਮੰਥ ਦੀ ਗੱਲ ਕਰ ਰਿਹਾ ਕਿ ਲਾਸਟ ਮੰਥ ਨੇ ਜਿਹੜੇ ਪ੍ਰਾਈਜ਼ ਸੀਗੇ ਉਹ ਥੋੜ੍ਹੇ ਉੱਪਰ ਸੀਗੇ। ਲਾਸਟ ਮੰਥ ਪ੍ਰਾਈਜ਼ ਵੈਂਟ ਅਪ, ਪਾਸਟ ਆ ਕੇ ਦੇਖੋ ਵੈਂਟ ਅਪ, ਬਟ ਦਿਸ ਮੰਥ ਦੇ ਹੈਵ ਫਾਲਨ ਅ ਲਿਟਲ, ਥੋੜ੍ਹੇ ਮਤਲਬ ਨੀਚੇ ਆਏ ਨੇ। ਅਗਲਾ ਦੇਖੋ, ਇਟ ਹੈਜ਼ ਬੀਨ ਡਰਾਈ ਸੋਫਾ। ਦੇਖੋ, ਇਟ ਹੈਜ਼ ਬੀਨ ਪ੍ਰੈਜੈਂਟ ਆ ਗਿਆ, ਮੈਂ ਤੁਹਾਨੂੰ ਕਿਹਾ ਸੀ ਜਦੋਂ ਵੀ ਪ੍ਰੈਜੈਂਟ ਹੋਵੇ ਤਾਂ ਉੱਥੇ ਕਨਫਰਮ ਹੈ, ਇਹਨਾਂ ਦੇ ਵਿੱਚੋਂ ਹੀ ਆਏਗਾ, ਦਿਸ ਅਤੇ ਟੁਡੇ ਦੇ ਵਿੱਚੋਂ। ਹੁਣ ਇੱਥੇ ਗਿਆ ਵੀਕ, ਦੇਖੋ ਇਸ ਤਰ੍ਹਾਂ ਤਾਂ ਹੋ ਨਹੀਂ ਸਕਦਾ, ਟੁਡੇ ਵੀਕ, ਯੈਸਟਰਡੇ ਵੀਕ, ਦਿਸ ਵੀਕ ਜਾਂ ਫਿਰ ਲਾਸਟ ਵੀਕ, ਕਿਉਂਕਿ ਇਹ ਪ੍ਰੈਜੈਂਟ ਦੇ ਵਿੱਚ ਹੈ ਤਾਂ ਇੱਥੇ ਦਿਸ ਵੀਕ ਆਏਗਾ। ਅਗਲੇ ਦੇ ਵਿੱਚ ਦੇਖੋ, ਬਟ ਪਰੰਤੂ ਡੈਸ਼ ਵੀਕ ਵਾਜ ਵੈਰੀ ਵੈਟ, ਦੇਖੋ ਵਾਜ ਵੈਰੀ ਵੈਟ ਮਤਲਬ ਕਿ ਬਹੁਤ ਜ਼ਿਆਦਾ ਕੀ ਸੀ, ਵੈਟ ਸੀਗਾ, ਤਾਂ ਇਸ ਲਈ ਵਾਜ ਆ ਗਿਆ, ਤਾਂ ਲਾਸਟ ਆਏਗਾ, ਕਿਉਂਕਿ ਇਹ ਕਹਿ ਰਿਹਾ ਹੈ ਕਿ ਇਟ ਹੈਜ਼ ਬੀਨ ਡਰਾਈ ਸੋਫਾ ਦਿਸ ਵੀਕ, ਇਸ ਵੀਕ ਥੋੜ੍ਹਾ ਮਤਲਬ ਸੁੱਕਾ ਹੈਗਾ, ਬਟ ਲਾਸਟ ਵੀਕ ਵਾਜ ਵੈਰੀ ਵੈਟ, ਪਰ ਜਿਹੜਾ ਲਾਸਟ ਵੀਕ ਸੀ ਉਹ ਬਹੁਤ ਜ਼ਿਆਦਾ ਕੀ ਸੀ, ਵੈਟ ਸੀ। ਸੈਕਿੰਡ ਦੇਖੋ, ਆਈ ਵੈਂਟ ਸ਼ੋਪਿੰਗ ਅਰਲੀਅਰ ਡੈਸ਼ ਐਂਡ ਸਪੈਂਡ ਆਲ ਦਾ ਮਨੀ, ਅਤੇ ਸਾਰਾ ਪੈਸਾ ਜਿਹੜਾ ਖਰਚਤਾ, ਮੈਂ ਸ਼ੋਪਿੰਗ ਦੇ ਲਈ ਗਿਆ ਅਤੇ ਸਾਰਾ ਜਿਹੜਾ ਪੈਸਾ ਉਹ ਖਰਚ ਦਿੱਤਾ। ਆਈ ਅਰਨਡ, ਜਿਹੜਾ ਕਿ ਮੈਂ ਕਮਾਇਆ ਸੀ ਡੈਸ਼। ਹੁਣ ਦੇਖੋ, ਇੱਕ ਚੀਜ਼ ਇਹਨਾਂ ਦੇ ਵਿੱਚ ਵੀ ਕਨਫਰਮ ਹੈ ਕਿ ਟੁਡੇ ਅਤੇ ਯੈਸਟਰਡੇ ਦੇ ਵਿੱਚੋਂ ਹੀ ਆਏਗਾ, ਦੋਨਾਂ ਦੇ ਵਿੱਚ, ਦਿਸ ਅਤੇ ਲਾਸਟ ਦੇ ਵਿੱਚ ਨਹੀਂ ਹੈਗਾ। ਆਪਾਂ ਇਸ ਤਰ੍ਹਾਂ ਨਹੀਂ ਕਹਾਂਗੇ ਆਈ ਵੈਂਟ ਸ਼ੋਪਿੰਗ ਅਰਲੀਅਰ ਦਿਸ ਐਂਡ, ਦਿਸ ਤੋਂ ਬਾਅਦ ਐਂਡ ਨਹੀਂ ਆਏਗਾ, ਜਾਂ ਫਿਰ ਲਾਸਟ ਐਂਡ, ਇਸ ਤਰ੍ਹਾਂ ਨਹੀਂ, ਮਤਲਬ ਟੁਡੇ ਅਤੇ ਯੈਸਟਰਡੇ ਦੇ ਵਿੱਚੋਂ ਹੀ ਆਏਗਾ। ਹੁਣ ਦੋਨੋਂ ਹੀ ਸੈਂਟੈਂਸ ਦੇਖਣ ਦੇ ਵਿੱਚ ਕੀ ਨੇ, ਪਾਸਟ ਦੇ ਵਿੱਚ ਨੇ। ਹੁਣ ਇੱਥੇ ਇੱਕ ਚੀਜ਼ ਇਹ ਸੋਚਣ ਵਾਲੀ ਹੈ, ਇਸ ਪਹਿਲੇ ਸੈਂਟੈਂਸ ਦੇ ਵਿੱਚ ਪੈਸਾ ਖਰਚਣ ਦੀ ਗੱਲ ਹੋ ਰਹੀ ਹੈ, ਔਰ ਦੂਸਰੇ ਸੈਂਟੈਂਸ ਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ ਪੈਸਾ ਕਮਾਇਆ ਸੀ, ਮਤਲਬ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਮੈਂ ਉਹ ਪੈਸੇ ਸ਼ੋਪਿੰਗ ਦੇ ਲਈ ਗਿਆ, ਉਹ ਪੈਸੇ ਮੈਂ ਖਰਚੇ ਜਿਹੜੇ ਮੈਂ ਕਮਾਏ ਸੀ। ਹੁਣ ਦੇਖੋ, ਆਪਾਂ ਪਹਿਲਾਂ ਕਮਾਵਾਂਗੇ ਜਾਂ ਫਿਰ ਪਹਿਲਾਂ ਖਰਚਾਂਗੇ, ਜੇਕਰ ਪਹਿਲਾਂ ਪੈਸਾ ਕਮਾਵਾਂਗੇ, ਆਪਣੇ ਕੋਲ ਪੈਸਾ ਆਏਗਾ, ਉਸ ਤੋਂ ਬਾਅਦ ਹੀ ਆਪਾਂ ਉਸ ਨੂੰ ਖਰਚਾਂਗੇ। ਇਹ ਨਹੀਂ ਕਿ ਆਪਾਂ ਪਹਿਲਾਂ ਖਰਚ ਅਤੇ ਕਮਾਏ ਉਹੀ ਪੈਸੇ ਬਾਅਦ ਦੇ ਵਿੱਚ। ਇਸ ਲਈ ਦੇਖੋ, ਪਹਿਲਾਂ ਹੋ ਰਹੀ ਹੈ ਗੱਲ ਇੱਥੇ ਪਹਿਲੇ ਸੈਂਟੈਂਸ ਦੇ ਵਿੱਚ ਖਰਚਣ ਦੀ, ਮਤਲਬ ਕਿ ਇਸ ਨੇ ਜਿਹੜੇ ਪੈਸੇ ਨੇ ਉਹ ਖਰਚੇ ਬਾਅਦ ਦੇ ਵਿੱਚ, ਪਹਿਲਾਂ ਕਮਾਏ,
क्यों? आई अर्नड यस्टरडे, देखो इसने यस्टरडे कमाए, जेडे पैसे इसने कल कमाए सी अर्लीयर टूडे, अज इसने खर्चते। आई वेंट शॉपिंग, मैं शॉपिंग दे लिए गया। अर्लीयर कहिंदा, कहिंदा अर्लीयर मतलब जल्दी, टूडे अज सवेरे जल्दी जल्दी गया, एंड स्पेंट ऑल द मनी ते सारे पैसे मैं खर्चते। आई अर्नड जेडे कि मैं कमाए सी यस्टरडे कल, जो मैं पैसे कल कमाए सी अज मैं वो पैसे खर्चते। सो देखो बिल्कुल एग्जैक्ट है। अगला देखो थर्ड, वी डिडंट हैव मनी, सॉरी मैनी, वी डिडंट हैव मैनी विजिटर्स डैश ईयर, वी हैव हैड अ लॉट मोर डैश ईयर। देखो वी हैव हैड सब्जेक्ट हैज या हैव दे विचों हैव वर्ब दी थर्ड फॉर्म हैड, हैव हैड हैड वर्ब दी थर्ड फॉर्म हुंदी है, हैव हुंदा कोल होना, तो यह प्रेजेंट परफेक्ट हो गया। जदों मैं तुहानू कहा कि प्रेजेंट होवे फिर तो इन्हां दे विचों ही आएगा, तो इसलिए ईयर है, इत्थे टुडे ईयर नहीं आएगा, दिस ईयर आएगा, तो इसलिए इत्थे आएगा दिस ईयर। इत्थे की आएगा आई डिडंट हैव मैनी विजिटर, साढ़े कोल ज़्यादा जिहड़े विजिटर्स ने वह नहीं मतलब आए थे लास्ट ईयर, इत्थे आएगा लास्ट। देखो की बन गया, वी डिडंट हैव मैनी विजिटर्स लास्ट ईयर, लास्ट ईयर कहना साढ़े कोल बहुत ज़्यादा जिहड़े विजिटर्स ने वह नहीं सीगे, वी हैव हैड अ लॉट मोर दिस ईयर, पर इस साल साढ़े कोल जिहड़े विजिटर्स ने वो काफ़ी ने। लास्ट देखो फोर्थ, आई डोंट फील सो टायर्ड नाउ, कहिंदा हुण मैं ज़्यादा थक्या होया महसूस नहीं कर रहा। वी गॉट अप क्वाइट लेट डैश मॉर्निंग, क्योंकि असी मॉर्निंग जिहड़ी मतलब हुण ए आपां देखांगे कि लास्ट है या दिस मॉर्निंग है, असी थोड़ा मतलब लेट उठिया इसलिए थके हुए महसूस नहीं कर रहे। आई फेल्ट रियली टायर्ड, मैं बहुत ज़्यादा थक्या होया महसूस कर रहा सी डैश, वैन वी गॉट अप सो अर्ली, जदों असी बहुत जल्दी उठे सी। हुण देखो इस दे विच आपां इत्थे सब तो पहला आपां फिल कर देना, तुहानूं बाद दे विच समझाउणा, वी गॉट अप क्वाइट लेट दिस मॉर्निंग आएगा, दिस मॉर्निंग इत्थे आएगा। आई फेल्ट रियली टायर्ड यस्टरडे, यस्टरडे क्योंकि इत्थे इत्थे अपना दिस सॉरी अपना लास्ट तो आ नहीं सकता, अज तो अपना कह नहीं सकते आई फेल्ट रियली टायर्ड लास्ट वैन वी नहीं यस्टरडे। हुण देखो क्यों, सब तो पहला देखो कह की रहा है, ये प्रेजेंट की स्टेटमेंट दे रहा अपनी, जदों आप प्रेजेंट की स्टेटमेंट दिने आप कह रहे हैं यार अज तो आप बिल्कुल थके हुए महसूस नहीं कर रहे क्योंकि अज आप लेट उठे, कल थके हुए महसूस कर रहे सी मतलब थके हुए महसूस कर रहे सी कल क्योंकि जदों आप ले आप बहुत ज़्यादा जल्दी उठे सीगे, तो इसलिए इत्थे यस्टरडे आएगा और इत्थे दिस। जे आप देखो सेंटेंस की जिहड़ी ट्रांसलेट है उसनू कर लैने ट्रांसलेशन आपू आ जाती है पंजाबी दे विच समझ आ गया तो आप बहुत ईजली आप इन्हों फिल उत्थे कर सकते हैं। सो सिर्फ तुसी ने इस एक्सरसाइज दे विचों थर्ड पार्ट ही करना है, बिल्कुल ही ईजी है, इस दे विच कोई एड्डी खास गल नहीं हैगी, सिर्फ तुसी ने याद रखना है दिस अते टुडे प्रेजेंट दे विच, लास्ट अते यस्टरडे तुसी ने पास्ट दे लई यूज़ करना है। सो इस वीडियो दे विच सिर्फ इन्ना ही, मिलदे हां अगली वीडियो लैके, उदों तक दिओ इजाजत, थैंक यू सो मच।